ਅਮਿਤab ਬਚਨ ਧਰਮਿੰਦਰ ਤੇ ਮੁਕੇਸ਼ ਅੰਬਾਨੀ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਦਰਅਸਲ ਨਾਗਪੁਰ ਕੰਟਰੋਲ ਰੂਮ ਤੇ ਕਿਸੇ ਦਾ ਫੋਨ ਜਾਂਦੇ ਕਨ ਪਛਾਤੇ ਵਿਅਕਤੀ ਵੱਲੋਂ ਫੋਨ ਕੀਤਾ ਜਾਂਦਾ ਹੈ ਔਰ ਇਹ ਦਾਵਾ ਕੀਤਾ ਜਾਂਦਾ ਹੈ ਕਿ ਮੁਕੇਸ਼ ਅੰਬਾਨੀ ਦੇ ਘਰ ਨੂੰ ਬੰਬ ਦੇ ਨਾਲ ਉਡਾ ਦਿੱਤਾ ਜਾਏਗਾ ਔਰ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਜਿਹੀ ਤਮਕੀਆਂ ਨੂੰ ਮਿਲੀ ਹੋਏ ਉਸ ਤੋਂ ਪਹਿਲੇ ਵੀ ਕਈ ਵਾਰ ਅਜਿਹੀਆਂ ਤਮਕੀਆਂ ਕਈ ਕਲਾਕਾਰਾਂ ਨੂੰ ਮਿਲਦੀਆਂ ਰਹਿੰਦੀਆਂ ਨੇ ਤਾਂ Nagpur ਕੰਟਰੋਲ ਰੂਮ ਵੱਲੋਂ ਜਲਦ ਤੋਂ ਜਲਦ ਮੁੰਬਈ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਤੁਹਾਨੂੰ ਦੱਸਦੀ ਕਿ ਹਾਲ ਹੀ ਦੇ ਵਿੱਚ ਮੁਕੇਸ਼ ਸ਼ੰਭਾਨੀ ਔਰ ਉਹਨਾਂ ਦੇ ਪੂਰੇ ਪਰਿਵਾਰ ਨੂੰ Z+ ਸਿਕਿਉਰਿਟੀ ਦਿੱਤੀ ਜਾਏਗੀ ਪਰ ਪਰ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਇਹ ਖਰਚਾ ਪੂਰਾ ਉਹਨਾਂ ਨੂੰ ਆਪ ਚੱਕਣਾ ਪਏਗਾ ਔਰ ਇਸ ਦਰਮਿਆਨ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਿਕਿਉਰਿਟੀ ਤੋਂ ਬਾਅਦ ਹੀ ਉਹਨਾਂ ਦੇ ਘਰ ਨੂੰ ਐਂਟੀਲਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਇਸ ਦੇ ਨਾਲ ਹੀ ਅਮਿਤਾਬ ਬਚਨ ਦੇ ਘਰ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਔਰ ਤਰਮੇਂਦਰ ਦੇ ਘਰ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਤਾਂ ਆਖਿਰ ਧਮਕੀ ਕਿਸ ਵੱਲੋਂ ਦਿੱਤੀ ਗਈ ਔਰ ਉਸ ਸ਼ਖਸ ਜਿਸ ਨੇ ਕੰਟਰੋਲ ਰੂਮ ਦੇ ਵਿੱਚ ਫੋਨ ਕਰਕੇ ਜਾਣਕਾਰੀ ਦਿੱਤੀ ਉਸ ਨੂੰ ਆਖਿਰੇ ਜਾਣਕਾਰੀ ਉਸ ਤੱਕ ਕਿਸ ਤਰ੍ਹਾਂ ਪਹੁੰਚੀ ਹੈ ਜਾਂਚ ਦਾ ਵਿਸ਼ਾ ਹੈ ਤਾਂ ਮੁੰਬਈ ਪੁਲਿਸ ਇਸ ਵਕਤ ਅਲਰਟ ਤੇ ਔਰ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਨਾਗਪੁਰ ਪੁਲਿਸ ਕੰਟਰੋਲ ਨੂੰ ਫੋਨ ਤੇ ਕਿਸੇ ਅਣਪਛਾਤੇ ਵਿਅਕਤੀ ਨੇ ਮੁੰਬਈ ਦੇ ਮਸ਼ਹੂਰ ਲੋਕਾਂ ਦੇ ਘਰਾਂ ਤੇ ਬੰਬ ਧਮਾਕਿਆ ਬਾਰੇ ਦੱਸਿਆ ਔਰ ਸੂਤਰਾਂ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਦਾਅਵਾ ਕੀਤਾ ਕਿ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਬੰਗਲੇ ਐਂਟੀਲੀਆ ਦੇ ਵਿੱਚ ਧਮਾਕਾ ਹੋਏਗਾ ਬਾਲੀਵੁੱਡ ਮੈਗਾ ਸਟਾਰ ਅਮਿਤਾ ਬੱਚਨ ਦੇ ਘਰ ਤੇ ਬਾਲੀਵੁੱਡ ਐਕਟਰ ਤਰਮਿੰਦਰ ਦੇ ਘਰ ਵੀ ਧਮਾਕਾ ਹੋ ਸਕਦਾ ਹੈ ਇਸ ਕਾਲ ਤੋਂ ਬਾਅਦ ਨਾਗਪੁਰ ਪੁਲਿਸ ਕੰਟਰੋਲ ਨੇ ਇਸ ਦੀ ਜਾਣਕਾਰੀ ਮੁੰਬਈ ਪੁਲਿਸ ਨੂੰ ਦਿੱਤੀ ਹੈ ਔਰ ਕਾਲਰ ਦਾ ਪਤਾ ਲਗਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਕਿ ਇਹ ਪਹਿਲੀ ਵਾਰ ਨਹੀਂ ਹੋਇਆ ਐਂਟਿਲਿਆ ਨੂੰ ਉਡਾਉਣ ਦੀਆਂ ਧਮਕੀਆਂ ਪਹਿਲਾਂ ਵੀ ਮਿਲ ਚੁੱਕੀਆਂ ਨੇ ਇਸ ਤੋਂ ਪਹਿਲਾਂ ਵੀ ਮੁਕੇਸ਼ ਅੰਬਾਨੀ ਦੇ ਘਰ ਐਂਟਿਲਿਆ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਜਾ ਚੁੱਕੀ ਹੈ ਅਗਸਤ 2022 ਦੇ ਵਿੱਚ ਵੀ ਮੁਕੇਸ਼ ਅੰਬਾਨੀ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਕਾਲਾ ਵੀ ਆਈਆਂ ਸੀ ਔਰ ਇੱਕੋ ਕਾਲ ਨੇ ਪੂਰੇ ਦੇਸ਼ ਦੇ ਵਿੱਚ ਹਲਚਲ ਮਚਾ ਦੁੱਤੀ ਹੈ ਪਹਿਲੇ 25 ਫਰਵਰੀ 2021 ਨੂੰ ਇਸ ਤਰ੍ਹਾਂ ਦੀ ਤਮਕੀਨੇ ਦੇਸ਼ ਭਰ ਦੇ ਵਿੱਚ ਹਲਚਲ ਮਚਾ ਦੁੱਤੀ ਸੀ ਦਰਅਸਲ ਦੁਪਹਿਰ ਸਮੇਂ ਟਿਲਿਆ ਨਦੀ ਦੇ ਸੁਰੱਖਿਆ ਕਰਮਚਾਰੀਆਂ ਨੇ ਇੱਕ ਸ਼ੱਕੀ ਸਕੋਰਪੀਓ ਕਾਰ ਦੇਖੀ ਜਿਸ ਦੀ ਸੂਚਨਾ ਤੁਰੰਤ ਮੁੰਬਈ ਪੁਲਿਸ ਦੇ ਕੰਟਰੋਲ ਰੂਮ ਤੇ ਸਥਾਨਕ ਪੁਲਿਸ ਸਟੇਸ਼ਨ ਨੂੰ ਦਿੱਤੀ ਗਈ ਮੁੰਬਈ ਪੁਲਿਸ ਦੀ ਟੀਮ ਮੌਕੇ ਤੇ ਪਹੁੰਚ ਗਈ ਔਰ ਡੌਗ ਸਵੈਟ ਤੇ ਬੰਬ ਡਿਸਪੋਜ਼ਲ ਸਕੁਐਡ ਤੋਂ ਇਲਾਵਾ ਬਾਕੀ ਟੀਮਾਂ ਨੂੰ ਵੀ ਬੁਲਾਇਆ ਗਿਆ ਸੀ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਸੀ ਤੇ ਸਿਕਿਉਰਿਟੀ ਮਿਲਣ ਤੋਂ ਬਾਅਦ ਹੋਇਆ ਨ ਮੁਕੇਸ਼ ਅੰਬਾਨੀ ਦੇ ਘਰ ਨੂੰ ਬੰਬ ਨਾਲ ਲੜਾਉਣ ਦੀ ਧਮਕੀ ਮਿਲੀ ਅਮਿਤਾਬ ਬੱਚਨ ਨੂੰ ਵੀ ਇਹ ਧਮਕੀ ਦਿੱਤੀ ਗਈ ਹੈ ਧਰਮਿੰਦਰ ਨੂੰ ਵੀ ਦਿੱਤੀ ਗਈ ਹੈ ਪਰ ਇਹ ਧਮਕੀ ਡਾਇਰੈਕਟਲੀ ਉਹਨਾਂ ਨੂੰ ਨਹੀਂ ਦਿੱਤੀ ਗਈ ਨਾਗਪੁਰ ਕੰਟਰੋਲ ਰੂਮ ਦੇ ਵਿੱਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਫੋਨ ਕੀਤਾ ਜਾਂਦਾ ਹੈ ਔਰ ਇਹ ਦਾਵਾ ਕੀਤਾ ਜਾਂਦਾ ਹੈ ਕਿ ਉਸ ਕੋਲ ਜਾਣਕਾਰੀ ਹੈ ਕਿ ਅਜੇਹਾ ਹੋ ਸਕਦਾ ਹੈ ਸੂਤਰਾ ਦੇ ਵੱਲੋਂ 또 ਇੱਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਨਾਗਪੁਰ ਕੰਟਰੋਲ ਰੂਮ ਨੇ ਮੁੰਬਈ ਪੁਲਿਸ ਨੂੰ ਸਤਰਕ ਕੀਤ ਔਰ ਪੁਲਿਸ ਜਾਂਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖਰੇ ਫੋਨ ਕਾਲ ਕਿਸ ਨੇ ਕੀਤਾ ਕੌਣ ਐਨੋਨਿਮਸ ਜਿਸ ਨੇ ਫੋਨ ਕਾਲ ਕੀਤਾ ਔਰ ਇਹ ਜਾਣਕਾਰੀ ਦਿੱਤੀ ਕਿ ਇਹ ਡਰ ਫੈਲੋਂ ਦੀ ਸੰਭਾਵਨਾ ਦੇ ਨਾਲ ਹੈ ਜਾਂ ਫਿਰ ਵਾਕਈ ਅਜਿਹਾ ਕੁਝ ਹੋਣ ਵਾਲਾ ਤਾਂ ਮੁੰਬਈ ਪੁਲਿਸ ਇਸ ਵਕਤ ਅਲਰਟ ਤੇ ਹੈ ਉਸ ਸ਼ਖਸ ਨੂੰ ਆਖਰ ਜਾਣਕਾਰੀ ਕਿੱਥੋਂ ਪਹੁੰਚੀ ਇਹ ਵੀ ਜਾਂਚ ਦਾ ਵਿਸ਼ਾ ਪੁਲਿਸ ਇਸ ਤੇ ਜਾਂਚ ਕਰ ਰਹੀ ਹੈ ਤ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਔਰ ਐਨ ਆ ਇੰਡੀਅਨ ਟਿੱਲਿਆ ਧਮਾਕੇ ਤੇ ਵੈਬ ਸੀਰੀਜ਼ ਵੀ ਬਣਨ ਜਾ ਰਹੀ ਇਸ ਤੋਂ ਪਹਿਲੇ ਜੋ ਇਨਾਂ ਨੂੰ ਲੈ ਕੇ ਖਬਰ ਵਾਇਰਲ ਹੋਈ ਸੀ ਕਿ 21 25 ਫਰਵਰੀ 2021 ਨੂੰ ਜੋ ਸਕੋਰਪੀਓ ਗੱਡੀ ਦਿਖਾਈ ਦਿੱਤੀ ਇਸੇ ਤਰ੍ਹਾਂ ਪਹਿਲੇ ਵੀ ਹਲਚਲ ਹੋਈ ਸੀ ਦੇਸ਼ ਦੇ ਵਿੱਚ ਤੋਂ ਦਿੱਤੇ ਵੈਬ ਸੀਰੀਜ਼ ਵੀ ਬਣਨ ਜਾ ਰਹੀ ਹੈ ਤਾਂ ਹੁਣ ਇਸ ਤੋਂ ਬਾਅਦ ਹੁਣ ਖਬਰ ਪਹੁੰਚੀ ਹੈ Nagpur control room ਤੱਕ ਕਿ ਬੰਬ ਨਾਲ ਡੌਨ ਦੀ ਧਮਕੀ ਦਿੱਤੀ ਜਾ ਰਹੀ ਹੈ ਹਾਲਾਂਕਿ ਇਸ ਦੇ ਵਿੱਚ ਕਿੰਨੀ ਸੱਚਾਈ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ